ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅਓ ਅੱਜ ਦੀ ਵੀਡੀਓ ਚ ਫੇਰ ਆਪਾਂ ਵੇਨੇ ਆ ਤੁਹਾਡੀ ਆਪਣੀ ਵਰਕਸ਼ਾਪ ਦੇ ਉੱਤੇ ਕੀ ਕੀ ਵਰਕ ਹੋ ਰਿਹਾ ਤੇ ਕਿਹੜੇ ਕਿਹੜੇ ਟਰੈਕਟਰਾਂ ਦਾ ਹੋ ਰਿਹਾ ਵਾ ਤੇ ਕਿਹੜੇ ਕਿਹੜੇ ਮਹੀਨੇ ਦਾ ਵਰਕ ਚੱਲ ਰਿਹਾ ਜਿਸ ਤਰੀਕੇ ਨਾਲ ਵਰਕਸ਼ਾਪ ਦੇ ਅੰਦਰ ਟਰੈਕਟਰ ਸਾਰੇ ਦਿਨ ਹੀ ਆ ਸਕਦੇ ਜਿੱਦਾਂ ਤੁਸੀਂ ਪਿਛਲੀ ਵੀਡੀਓ ਚ ਵੇਖਿਆ ਸੀ ਪੀ ਆਪਣੇ ਕੋ ਕਿੰਨੇ ਟਰੈਕਟਰ ਲੱਗੇ ਹੋਏ ਆ ਕਿਹੜੀ ਕਿਹੜੀ ਜਗ੍ਹਾ ਤੇ ਲੱਗੇ ਹੋਏ ਆ ਕਿਹੜੇ ਕਿਹੜੇ ਘਰਾਂ ਚ ਲੱਗੇ ਸਾਡੇ ਆਪਣੇ ਘਰ ਸਾਰੇ ਜਿਹੜੀ ਪਿਛਲੀ ਵੀਡੀਓ ਵੇਖੀ ਆਪਾਂ ਅਪਲੋਡ ਕੀਤੀ ਸੀ ਹੁਣ ਆਪਾਂ ਕੀ ਕੀਤਾ ਵੀ ਇਸ ਟਾਈਮ ਤਕਰੀਬਨ ਸਾਰੇ 4x4 ਟਰੈਕਟਰ ਹੀ ਵਰਕਸ਼ਾਪ ਦੇ ਅੰਦਰ ਵਰਕ ਤੇ ਲੱਗੇ ਹੋਏ ਆ ਔਰ ਤੁਹਾਨੂੰ ਵਿਖਾਲਦੇ ਹਾਂ ਟਰੈਕਟਰ ਕਿਹੜੇ ਕਿਹੜੇ ਆ ਤੇ ਕਿਹੜੇ ਕਿਹੜੇ ਮਾਡਲ ਆ ਤੇ ਕਿੰਨੇ ਕਿੰਨੇ ਘੰਟੇ ਚੱਲੇ ਆ ਔਰ ਦੂਸਰੀ ਗੱਲ ਕਰਾਂਗੇ ਆਪਾਂ ਆਪਣੇ ਕੋ ਸਪੇਅਰ ਪਾਰਟਸ ਦੀ ਇੱਕ ਚੀਜ਼ ਸਾਰੇ ਕਿਸਾਨ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਆਪਾਂ ਇਹਨਾਂ ਥੋੜੀ ਜੀ ਨੌਲਜ ਵਾਸਤੇ ਦੱਸ ਦਈਏ ਇਸ ਟਾਈਮ ਸਿਰਫ ਆਪਾਂ ਕੱਲੀ ਮੋਡੀਫਿਕੇਸ਼ਨ ਦਾ ਵਰਕ ਹੋ ਰਿਹਾ ਹੈ ਇਸ ਟਾਈਮ ਕਿਸੇ ਵੀ ਟਰੈਕਟਰ ਦਾ ਜਿਹੜਾ ਵੀ ਬ੍ਰਾਂਡ ਲਾਉਨੇ ਇੱਕ ਬ੍ਰਾਂਡ ਹੀ ਅੰਦਰ ਲਾਉਨੇ ਆਪਾਂ ਜਾਂ ਜੌਂਡੀਅਰ ਆ ਗਿਆ ਫਿਰ ਜੌਂਡੀਅਰ ਲਾਈਦਾ ਫਿਰ ਨਿਊ ਆਲੈਂਡ ਆ ਗਿਆ ਨਿਊ ਆਲੈਂਡ ਮਹਿੰਦਰਾ ਆ ਗਿਆ ਅਰਜਨ ਆ ਗਿਆ ਏ ਵਗੈਰਾ ਸਭ ਰਾਜ ਮਲੇ ਇੱਕ ਹੀ ਬ੍ਰਾਂਡ ਲੱਗਦਾ ਪਰ ਇਸ ਟਾਈਮ ਸਾਰੇ ਟਰੈਕਟਰ 4x4 ਲਾਏ ਹੋਏ ਆ। ਬਾਕੀ ਟਰੈਕਟਰ ਸਾਡੇ ਤਿਆਰ ਹੋ ਚੁੱਕੇ ਆ 2 ਵੀਲ ਜਿੰਨੇ ਵੀ ਹੈਗੇ ਆ। ਪਰ ਇਸ ਟਾਈਮ 4x4 ਟਰੈਕਟਰ ਕਿਹੜੇ-ਕਿਹੜੇ ਆ ਕਿਹੜੇ-ਕਿਹੜੇ ਮਾਡਲ ਆ ਔਰ ਕਿਹੜੇ-ਕਿਹੜੇ ਪਿੰਡ ਦੇ ਆ ਉਹ ਟਰੈਕਟਰ ਤੁਹਾਨੂੰ ਜਾਣੂ ਕਰਾਉਣੇ ਆ। ਔਰ ਰਹੀ ਗੱਲ ਦੂਸਰੀ ਸਪੇਅਰ ਪਾਰਟਸ ਦੀ ਉਹ ਆਪਣੇ ਕੋਲ ਇਸ ਟਾਈਮ ਜਿੰਨੇ ਟਰੈਕਟਰ ਆਪਾਂ ਬੁਕਿੰਗ ਕੀਤੇ ਉਹਦਾ ਸਮਾਨ ਬਿਲਕੁਲ ਅਵੇਲੇਬਲ ਆਪਣੇ ਕੋਲ ਐਟਮ ਮੌਕੇ ਤੇ ਹੈਗਾ। ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਕਿ ਆਪਾਂ ਤੁਹਾਨੂੰ ਟਾਈਮ ਦੇ ਦਈਏ ਫਿਰ ਤੁਹਾਡੇ ਟਾਈਮ ਦੇ ਨਾਲ ਤੁਹਾਨੂੰ ਟਰੈਕਟਰ ਟਾਈਮ ਟੂ ਟਾਈਮ ਨਾ ਮਿਲੇ ਇਦਾਂ ਨਹੀਂ ਹੋਵੇਗਾ ਬਿਲਕੁਲ ਪ੍ਰੋਪਰ ਟਾਈਮ ਤੇ ਸੀਜ਼ਨ ਤੋਂ ਪਹਿਲਾਂ ਸਾਰੇ ਟਰੈਕਟਰ ਜਿੰਨੇ ਆਪਾਂ ਜਿਹੜੇ ਵੀ ਕਿਸਾਨ ਭਰਾ ਨੂੰ ਆਪਾਂ ਫੋਨ ਕਰਕੇ ਬੁਲਾਵਾਂਗੇ ਜਿਹੜਾ ਕਿਸਾਨ ਭਰਾ ਇੱਥੇ ਨੰਬਰ ਲਿਖਾ ਕੇ ਗਿਆ ਵਾ ਖੁਦ ਟਰੈਕਟਰ ਭਜਾ ਕੇ ਲੈ ਆਉਂਦਾ ਨਹੀਂ ਉਹ ਟਰੈਕਟਰ ਲੇਟ ਹੋਵੇਗਾ ਪਹਿਲਾਂ ਦੱਸ ਦਿੰਨਾ ਕਾਰਨ ਇਹੀ ਆ ਕਿ ਆਪਾਂ ਉਸੇ ਹਿਸਾਬ ਨਾਲ ਕੰਮ ਗਾੜੀ ਜਿਹੜੀ ਚਾਲ ਆਪਣੀ ਚੱਲ ਰਹੀ ਆ ਔਰ ਦੂਸਰੀ ਗੱਲ ਇਹ ਆ ਵੀ ਜਿਹੜੇ ਕਿਸਾਨ ਭਰਾ ਨੂੰ ਆਪਾਂ ਫੋਨ ਕਰਕੇ ਬੁਲਾ ਰਹੇ ਹਾਂ ਉਹਨੂੰ ਟਾਈਮ ਟੂ ਟਾਈਮ ਟਰੈਕਟਰ ਦਿੱਤੇ ਜਾ ਰਹੇ ਆ ਔਰ ਜਿਹੜੇ ਟਰੈਕਟਰ ਰਮੀਤ ਭਾਈ ਨੇ ਬੁਲਾਏ ਹੋਏ ਆ ਬੁਕਿੰਗ ਕੀਤੀ ਹੋਈ ਆ ਕਿਨੇ ਕਿਨੇ ਟਾਈਮ ਦੀ ਕੀਤੀ ਉਹ ਵੀ ਦੱਸਣਗੇ ਔਰ ਉਹਨਾਂ ਦੇ ਟਰੈਕਟਰ ਇਸ ਟਾਈਮ ਬਣ ਵੀ ਚੁੱਕੇ ਆ ਜਿਹੜੇ ਆਪਣੇ ਕੋਲ ਬਣੇ ਹੋਏ ਆ ਉਹਨਾਂ ਕਿਸਾਨ ਭਰਾਵਾਂ ਨੂੰ ਰਮੀਤ ਭਾਈ ਨੇ ਫੋਨ ਕਰਨਾ ਮੇਰੇ ਕੋਲ ਤੇ ਕੰਟੈਕਟ ਨੰਬਰ ਇਸ ਟਾਈਮ ਆ ਕਾਪੀ ਦੇ ਉੱਤੇ ਹੁੰਦਾ ਤੁਹਾਨੂੰ ਪਤਾ ਕਿਉਂਕਿ ਭਾਈ ਨੂੰ ਫੋਨ ਕਰਦੇ ਆ ਔਰ ਜਿਹੜੇ ਜਮੇਰ ਭਾਈ ਨੇ ਬੁਕਿੰਗ ਕੀਤੀ ਹੁੰਦੀ ਹੈ ਜਮੇਰ ਭਾਈ ਨੂੰ ਫੋਨ ਆਉਂਦਾ ਉਹਨਾਂ ਆਪਾਂ ਬਿਲਕੁਲ ਟਾਈਮ ਟੂ ਟਾਈਮ ਜਿਹੜੇ ਆ ਟਰੈਕਟਰ ਦੇ ਰਹੇ ਆ ਔਰ ਕਿਹੜੇ ਕਿਹੜੇ ਟਰੈਕਟਰ ਲੱਗੇ ਆ ਉਹ ਵੀ ਤੁਹਾਨੂੰ ਜਾਣੂ ਕਰਾਉਣੀ ਆ ਔਰ ਕਿੰਨਾ ਸਪੇਅਰ ਪਾਰਟ ਅਵੇਲੇਬਲ ਤੁਹਾਨੂੰ ਅੱਜ ਉਹ ਵੀ ਵਰਕਸ਼ਾਪ ਦੇ ਅੰਦਰ ਵਿਖਾਇਆ ਜਾਊਗਾ ਓਨਲੀ ਮੋਡੀਫਿਕੇਸ਼ਨ ਇੰਜਨ ਮੋਡੀਫਿਕੇਸ਼ਨ ਦਾ ਸਪੇਅਰ ਪਾਰਟਸ ਆਪਣੇ ਕੋਲ ਮੌਕੇ ਤੇ ਫੁੱਲ ਅਵੇਲੇਬਲ ਆ ਕੋਈ ਟੈਨਸ਼ਨ ਨਹੀਂ ਹੈਗੀ ਨਾ ਸਾਨੂੰ ਆ ਨਾ ਤੁਹਾਨੂੰ ਬਾਕੀ ਨਾਲ ਦੇ ਨਾਲ ਸਾਡਾ ਸਮਾਨ ਜਿੰਨਾ ਵੀ ਆ ਬੋਕਾਂ ਕਿ ਤੇ ਆਈ ਆ ਰਿਹਾ ਜਿੰਨੀਆਂ ਨੂੰ ਲੋਡ ਆ ਕੋਈ ਦਿੱਕਤ ਨਹੀਂ ਆ ਰਹੀ ਔਰ ਬਾਕੀ ਤੁਹਾਡਾ ਇੰਨਾ ਸਾਡੇ ਚੈਨਲ ਨੂੰ ਸਾਨੂੰ ਇੰਨਾ ਪਿਆਰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਥੈਂਕ ਯੂ ਆ ਦਿলো ਔਰ ਵੇਨੇ ਆ ਟਰੈਕਟਰ ਕਿਹੜੇ ਕਿਹੜੇ ਵਰਕਸ਼ਾਪ ਤੇ ਲੱਗੇ ਆ ਔਰ ਕਾਰਨ ਇੱਕੋ ਹੀ ਆ ਮੋਡੀਫਿਕੇਸ਼ਨ ਦਾ ਤੁਹਾਡੇ ਐਮਪਲੀਮੈਂਟ ਜਿਹੜੇ ਆ ਉਹ ਉਹ ਟਰੈਕਟਰ ਅਫਰ ਨਹੀਂ ਕਰਦੇ ਇਸ ਕਰਕੇ ਆਪਾਂ ਨੂੰ ਉਹਨਾਂ ਨੂੰ ਮੋਡੀਫਿਕੇਸ਼ਨ ਕਰਾਉਣੀ ਪੈ ਰਹੀ ਆ ਇਹ ਨਹੀਂ ਹੈਗਾ ਕਿ ਇਹਨਾਂ ਟਰੈਕਟਰਾਂ ਦੇ ਵਿੱਚ ਕੋਈ ਨੁਕਸਵਾਂ ਜਿਹੜੇ ਆਪਣੀ ਵਰਕਸ਼ਾਪ ਤੇ ਲੱਗੇ ਹੋਏ ਯਾਨੀ ਢਾਡੀ ਤੇ ਬਿਲਕੁਲ ਨਵੇਂ ਨਕੋ ਟਰੈਕਟਰ ਆ ਕਿਸੇ ਵੀ ਕੰਪਨੀ ਦੇ ਕਿਸੇ ਵੀ ਟਰੈਕਟਰ ਦੇ ਵਿੱਚ ਕੋਈ ਨੁਕਸਨ ਨਹੀਂ ਹੈਗਾ ਬਾਕੀ ਕੱਲ ਪਰਸੋਂ ਦੀਆਂ ਵੀਡੀਓ ਪੈ ਰਹੀਆਂ ਕਈ ਕਿਸਾਨ ਭਰਾਵਾਂ ਦੇ ਮਨ ਦੇ ਵਿੱਚ ਇਹ ਵੀ ਵਿਚਾਰ ਆਉਂਦਾ ਵੀ ਡੀਜ਼ਲ ਬਹੁਤ ਜ਼ਿਆਦਾ ਵੱਜ ਜਾਂਦਾ ਹੋਣਾ ਵਾ ਜਾਂ ਜਿੱਦਾਂ ਵੀਡੀਓ ਪੈ ਰਹੀਆਂ ਵੀ ਸਾਡੇ ਟਰੈਕਟਰ ਨੇ ਡੀਜ਼ਲ ਘੱਟ ਖਾਦਾ ਵਾ ਅਹੀਂ ਉਹਨਾਂ ਕਿਸਾਨ ਭਰਾਵਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਾਂਗੇ ਜਿੰਨਾ ਟਰੈਕਟਰਾਂ ਦੀ ਮੋਡੀਫਿਕੇਸ਼ਨ ਤੁਹਾਡੀ ਆਪਣੀ ਵਰਕਸ਼ਾਪ ਤੋਂ ਯਾਨੀ ਸਾਡੀ ਵਰਕਸ਼ਾਪ ਤੋਂ ਹੋਈ ਆ ਉਹ ਕਮੈਂਟ ਜ਼ਰੂਰ ਕਰਨ ਵੀ ਡੀਜ਼ਲ ਅੱਗੇ ਨੂੰ ਕਿੰਨਾ ਕੁ ਵਧਿਆ ਕਿੰਨਾ ਕੁ ਘਟਿਆ ਪਰਫਾਰਮੈਂਸ ਦਾ ਕੀ ਫਰਕ ਆ ਠੀਕ ਆ ਜੀ ਔਰ ਦੂਸਰੀ ਗੱਲ ਕੰਬੋਟਾ ਟਰੈਕਟਰ ਦੇ ਨਾਲ ਮੁਕਾਬਲਾ ਹੋਇਆ ਸਾਡੇ 5405 ਯਾਨੀ ਅਮਨ ਮਾਹਲ ਵਲੌਗ ਚੈਨਲ ਤੇ ਵੀਡੀਓ ਅਪਲੋਡ ਹੋਈਆਂ ਬਹੁਤ ਚੈਨਲਾਂ ਦੇ ਵੀਡੀਓ ਲੋਡ ਹੋਈਆਂ ਜਾਨੀ ਕਿ 8-9 ਚੈਨਲਾਂ ਤੇ ਵੀਡੀਓ ਲੋਡ ਹੋਈਆਂ ਉਸ ਦਿਨ ਵੈਸੇ ਡੈਮੋ ਹੋ ਰਹੀ ਸੀ ਕੰਪੁਟਰ ਐਡੀਟਰ ਦੇ ਨਾਲ ਕੰਪੁਟਰ ਐਡੀਟਰ ਆਲਰੇਡੀ 50 ਚ ਪੀਦਾ ਵਾ 52 ਦਾ ਜੌਂਡੀਅਰ ਤੇ 545 ਜੋ 666 HP ਕੈਟਾਗਰੀ ਦਾ ਟਰੈਕਟਰ ਹੁੰਦਾ ਉਹਦਾ ਮੁਕਾਬਲਾ ਕਰਾਇਆ ਗਿਆ ਉੱਥੇ ਤੇਲ ਦੀ ਐਵਰੇਜ ਜਿਹੜੀ ਆ ਉਹ ਆਪਾਂ ਨਹੀਂ ਕੱਢੀ ਹੈਗੀ ਬਿਲਕੁਲ ਜਿਹੜੀ ਆ ਉਹ ਸਾਰੇ ਕਿਸਾਨ ਭਰਾਵਾਂ ਦੇ ਵਿੱਚ ਜਾਨੀ ਕਿ ਅਮਨ ਮਾਹਲ ਵਲੌਗ ਚੈਨਲ ਜਿਹੜਾ ਰੋਪੜ ਜ਼ਿਲ੍ਹਾ ਰੋਪੜ ਮਹਲਾਪਿੰਡ ਦੇ ਵਿੱਚ ਉਹ ਕੰਪੀਟੀਸ਼ਨ ਐਦਾ ਕੜਾਇਆ ਗਿਆ ਸੀ ਇੱਥੋਂ ਪਤਾ ਲੱਗ ਸਕਦਾ ਕਿਉਂਕਿ ਜਿੰਨਾ ਟਰੈਕਟਰ ਜੱਗੇ ਵੀਰ ਦਾ ਮੁਲਤ ਤਕਰੀਬਨ ਸਾਰੇ ਟਰੈਕਟਰ ਜਿੰਨੇ ਜ਼ੋਰ ਮਾਰਦੇ ਆ ਬਾਕੀ ਕਿਸਾਨ ਭਰਾਵਾਂ ਨੂੰ ਇਹ ਲੱਗਦਾ ਵੀ ਜਿੰਨੇ ਜ਼ੋਰ ਲਾ ਰਹੇ ਆ ਬਹੁਤ ਜ਼ਿਆਦਾ ਤੇਲ ਖਾ ਰਹੇ ਟਰੈਕਟਰ ਪਰ ਨਹੀਂ ਇੱਕ ਚੀਜ਼ ਹੋਰ ਆ ਬਾਕੀ ਮੇਰੇ ਹਿਸਾਬ ਨਾਲ ਜਿੰਨੇ ਵੀ ਕਿਸਾਨ ਭਰਾ ਟਰੈਕਟਰ ਤੇ ਲੈ ਕੇ ਆਏ ਆ ਤੇਲ ਦਾ ਜਿਹੜੇ ਜੜ ਜੜੇ ਨਾਲ ਨੇ ਟਰੈਕਟਰ ਰੱਖੇ ਆ ਉਹ ਹਿਸਾਬ ਨਾਲ ਤੇਲ ਦਾ ਐਸਟੀਮੇਟ ਤਾਂ ਕੋਈ ਲਾਉਂਦਾ ਨਹੀਂ ਉ ਪਰ ਬਹੁਤ ਜ਼ਿਆਦਾ ਕਿਸਾਨ ਭਰਾ ਐਸਟੀਮੇਟ ਲਾਉਂਦੇ ਵੀ ਆ ਠੀਕ ਆ ਉਹ ਚੀਜ਼ ਜਿਹੜੀ ਆ ਉਹ ਚੈਨਲ ਤੇ ਵੇਖਣ ਨੂੰ ਮਿਲੂਗੀ ਤੁਹਾਨੂੰ ਕਿੰਨਾ ਤੇਲ ਖਾਦਾ ਟਰੈਕਟਰ ਨੇ ਕਿੰਨਾ ਕੰਮ ਕੀਤਾ ਔਰ ਕਿਦਾਂ ਦਾ ਟਰੈਕਟਰ ਚੱਲਿਆ ਔਰ ਸਾਡਾ ਕਾਲਾ ਵੀ ਕਾਲਾ ਚੈਨਲ ਜਿਹੜਾ ਭਾਈ ਦਾ ਕਾਲਾ ਮਾਲ ਵਲੌਗ ਉਹ ਚੈਨਲ ਤੇ ਵੀ ਗੱਲ ਚੱਲ ਰਹੀ ਮੈਂ ਕੱਲ ਵੇਖ ਰਿਹਾ ਕਿਉਂਕਿ ਇਹ ਨਹੀਂ ਹੈਗਾ ਕਿ ਆਪਾਂ ਚੈਨਲ ਕਿਸਦਾ ਵੇਨੇ ਨਹੀਂ ਆ ਜਾਂ ਆਪਾਂ ਕਿਸੇ ਦੀ ਵੀਡੀਓ ਨਹੀਂ ਵੇਨੇ ਨਾ ਬਿਲਕੁਲ ਨਹੀਂ ਆਪਾਂ ਬਿਲਕੁਲ ਬੜੇ ਪਿਆਰ ਨਾਲ ਆਪਾਂੇ ਥੋੜਾ ਥੋੜਾ ਟਾਈਮ ਕੱਢ ਕੇ ਵੀਡੀਓ ਕਿ ਵੇਖੀ ਦੀ ਜ਼ਰੂਰ ਆ ਉੱਥੇ ਵੀ ਚਰਚਾ ਚੱਲ ਰਹੀ ਸੀ ਕਾਲਾ ਵੀਰ ਜੀ ਵੀ ਇਹ ਗੱਲ ਕਹਿ ਰਿਹਾ ਸੀ ਵੀ ਤੇਲ ਕਾਫੀ ਘਟ ਖਾ ਰਿਹਾ ਟਰੈਕਟਰ ਜੋਰ ਬਹੁਤ ਲਾ ਰਿਹਾ ਵਾ ਇੰਨਾ ਜੋਰ ਨਹੀਂ ਲਾ ਸਕਦਾ ਸੀ ਬਿਲਕੁਲ ਵਧੀਆ ਲੱਗਾ ਹਨ ਵੀ ਕਿਉਂਕਿ ਕਈ ਵਾਰ ਹੁੰਦਾ ਵੀ ਬਿਨਾ ਮਤਲਬੋਂ ਕਈ ਵਾਰ ਕਿਸ ਚੀਜ਼ ਨੂੰ ਭੰਡੀ ਜਾਈਦਾ ਆਪਾਂ ਵੀ ਨਹੀਂ ਨਹੀਂ ਇਦਾਂ ਬਿਲਕੁਲ ਸਾਫ਼ ਸੁਥਰੀ ਤੇ ਸੱਚੀ ਗੱਲ ਕਰਨ ਦੇ ਵਿੱਚ ਹੀ ਵਜਣਾ ਜਿੱਦਾਂ ਕਰ ਰਹੇ ਬਾਕੀ ਜੱਗੇ ਵੀਰ ਦਾ ਟਰੈਕਟਰ ਸਾਰਿਆਂ ਨੂੰ ਪਤਾ ਕਿੰਨਾ ਤੇਲ ਖਾ ਰਿਹਾ ਕਿੰਨਾ ਜੋਰ ਲਾ ਰਿਹਾ ਵਾ ਠੀਕ ਆ ਕਿਦਾਂ ਦੇ ਟਰੈਕਟਰ ਚੱਲੇ ਆ ਆਪਾਂ ਕੋਈ ਵੀ ਕਿਸੇ ਵੀ ਚੀਜ਼ ਦਾ ਰਿਜ਼ਲਟ ਆਪਾਂ ਤੁਹਾਡੇ ਕੋਲ ਲੈਣਾ ਠੀਕ ਆ ਨਾ ਟਰੈਕਟਰ ਕਿਦਾਂ ਦਾ ਚੱਲ ਰਿਹਾ ਕਿੰਨੀ ਪਾਵਰ ਵਧੀ ਆ ਕਿੰਨੇ ਐਚਪੀ ਨਾਲ ਆਪਾਂ ਕੰਪੈਰੀਜ਼ਨ ਕਰਕੇ ਵੇਖਿਆ ਵਾ ਉਹ ਸਾਰਾ ਰਿਜ਼ਲਟ ਸਾਡੇ ਕਿਸਾਨ ਭਰਾ ਹੀ ਸਾਨੂੰ ਦੇ ਸਕਦੇ ਆ ਠੀਕ ਆ ਔਰ ਬਾਕੀ ਵਿਖਾਲਦੇ ਆ ਤੁਹਾਨੂੰ ਵੀ ਕਿਹੜੇ-ਕਿਹੜੇ ਟਰੈਕਟਰ ਸਾਡੇ ਕੋਲ ਲੱਗੇ ਆ ਆਜੋ ਔਰ ਹਰਮਿਤ ਭਾਈ ਵੀ ਆਏ ਆ ਕਾਫੀ ਦਿਨਾਂ ਬਾਅਦ ਟਾਈਮ ਕੱਢ ਕੇ ਤੇ ਇਹਨਾਂ ਦੇ ਵੀ ਦਿਮਾਗ ਤੇ ਬਹੁਤ ਪ੍ਰੈਸ਼ਰ ਵਰਕਸ਼ਾਪ ਦਾ ਕਿਉਂਕਿ ਜਿਆਦਾ ਭੂਨ ਹੈ ਨਾ ਉਹਦਾ ਜਾਂ ਜਮੇਰਪਾਈ ਨੂੰ ਹੁੰਦਾ ਵਾ ਧੱਲੋ ਸਾਹਿਬ ਮੈਂ ਆਪਾਂ ਤਾਂ ਫ੍ਰੀ ਆ ਜੋਬ ਨੂੰ ਸਾਡਾ ਫ੍ਰੀ ਰਹਿੰਦਾ ਜ਼ਿਆਦਾਤਰ ਮੇਂਦੇ ਰਹਿੰਨੇ ਆਪਾਂ ਸਾਰੇ ਭਰਾ ਹਨਾ ਤੇ ਇੱਕਾਡੇ ਰਿਆਟ ਸਾਹਿਬ ਆ ਉਹ ਤੇ ਪਿਛਲੇ ਪਾਸੇ ਵੇਖੀਏ ਵੀ ਹੈਗਾ ਤੇ ਉੱਥੋਂ ਪਿਛਲੇ ਪਾਸੇ ਲੱਗਦਾ ਹੈ ਨਹੀਂ ਕਿੱਥੇ ਚਲ ਗਿਆ ਇਹ ਪ੍ਰੋਸੈਸ ਚੱਲਦਾ ਵਾ ਤੇ ਆਓ ਟਰੈਕਟਰ ਵਿਖਾਈ ਯਾਰ ਊਮੀਦ ਭਾਈ ਤੁਹਾਨੂੰ ਨਾਲ ਦੱਸੀਏ ਵੀ ਕਿਹੜਾ ਟਰੈਕਟਰ ਊਮੀਦ ਭਾਈ ਦੇ ਬੁਕਿੰਗ ਕੀਤੇ ਹੋਏ ਆ ਉਹ ਵੀ ਵਿਖਾ ਲਦੇ ਆ ਤੁਹਾਂ ਨੂੰ ਤੁਹਾਡੇ ਜਿਹੜੇ ਸਪੈਸ਼ਲ ਐਡੀਸ਼ਨ ਆ ਨਾ ਟਰੈਕਟਰ ਦੋ ਟਰੈਕਟਰ ਤਿਆਰ ਹੋ ਚੁੱਕੇ ਆ ਇੱਕ ਟਰੈਕਟਰ ਇੱਥੇ ਆਪਣੇ ਕੋਲ ਲੱਗਾ ਆ ਜੇ ਮਤਲਬ ਕਹ ਸਕਦੇ ਆਪਾਂ ਨਿਸ਼ਾਨ ਸਾਹਿਬ ਲੱਗਾ ਹੋਇਆ ਗਾੜੀ ਉਹਨਾਂ ਦੇ ਉਹ ਟਰੈਕਟਰ ਕਿੱਥੇ ਆ ਕਿੱਥੇ ਕਿੱਥੇ 3602 ਆ ਟਰੈਕਟਰ ਠੀਕ ਆ ਇਹ ਵੀ ਟਰੈਕਟਰ ਦਾ ਡਾਇਆ ਮੂਸੇ ਪਿੰਡ ਲਾਗੂ ਹੈ ਮਾਨਸਾ ਜ਼ਿਲ੍ਹੇ ਤੋਂ ਠੀਕ ਆ ਤੇ 3602 ਟਰੈਕਟਰ ਤੁਹਾਡਾ ਰੈਡੀ ਹੋ ਗਿਆ ਵਾ ਫੇਰੇ ਆਪਾਂ ਜੀ ਟਰਾਈ ਲਵਾਂਗੇ ਠੀਕ ਆ ਤੇ ਇਹ ਟਰੈਕਟਰ ਸਾਡੇ ਕੋਲ ਲੱਗਾ 56 ਵੀ ਤੁਸੀਂ ਗਾੜੀ ਲੰਘ ਨਹੀਂ ਸਕਦੇ ਮੈਂ ਲੰਘ ਕੇ ਵਿਖਾ ਲਦਾ ਮੈਂ ਤਾਂ ਕੀਤਾ ਜੀ ਇਹ ਟਰੈਕਟਰ 5630 ਆ ਸੌਰੀ ਇਹ 2000 ਆ ਜੋ ਕੀਤਾ ਜੀ ਇਹ 2023 ਮਾਡਲ ਆ 0 ਮੀਟਰ ਹੀ ਆਇਆ ਵਾ ਆਪਣੇ ਕੋ ਇਹਦੀ ਕੰਪਨੀ ਫੈਟਰ ਦੀ ਵੀਡੀਓ ਬਣੀ ਆ ਮੋਡੀਫਿਕੇਸ਼ਨ ਟਰੈਕਟਰ ਹੋ ਰਿਹਾ ਵੀ ਆਹ ਕੀਤਾ ਜੀ ਵਿਖਾਓ ਇਹ ਪਿੰਡ ਹੈਗਾ ਮੰੰਜ ਅਜਨਾਲਾ ਤਹਿਸੀਲ ਆ ਅਮਰਸਰ ਜਲਾਵਾ ਠੀਕ ਆ ਰਮੀਤ ਭਾਈ ਤਾਂ ਨਹੀਂ ਲੰਘ ਸਕਦੇ ਕਿਉਂਕਿ ਸਰੀ ਸਾਡੇ ਨਾਲੋਂ ਜ਼ਿਆਦਾ ਵੱਡਾ ਵਾ 4/4 ਹੀ ਲੱਗੇ ਆ ਆਜੋ ਔਰ ਇਧਰ ਟਰੈਕਟਰ ਲੱਗਾ 5620 ਇਹ ਵਹੇ ਤੇ ਪੀਜੀ ਹਣੀ ਇਹਦੇ 5 ਘੰਟੇ ਚੱਲਿਆ ਪਰ 16 ਘੰਟੇ ਟਰੈਕਟਰ ਚੱਲਿਆ ਆ ਵਾ ਇਹ ਪਿੰਡ ਹੈਗਾ ਬਿਲੇ ਵਾਲਾ ਫਰੀਦਕੋਟ ਏਰੀਆ 2023 ਮਾਡਲ ਆ ਇਹ ਵੀ 23 ਆ ਉਹ ਵੀ 23 ਆ ਠੀਕ ਆ ਜੀ ਤੇ ਇੱਧਰ ਲੱਗਾ ਸਾਡੇ ਕੋਲ 2022 ਵਾਲਾ ਟਰੈਕਟਰ ਚੋਲਾ ਸਾਹਿਬ ਦਾ ਲੱਗਾ ਵਾ ਤਰਨਤਾਰਨ ਏਰੀਆ 2022 ਨੂੰ 250 ਘੰਟੇ ਚੱਲਿਆ ਇਹ ਆਟਮ ਨਿਊ ਲੈਨਰ ਲੱਗਿਆ ਸੋਨਾਲਿਕਾ ਲੱਗਾ ਸਾਡੇ ਕੋਲ ਵਿਆਰੋ ਕੇ ਪਿੰਡ ਮੋਗੇ ਜ਼ਿਲ੍ਹੇ ਦਾ ਵਾ ਇਹ ਵੀ ਟਰੈਕਟਰ ਰੈਡੀ ਹੋ ਚੁੱਕਾ ਆਪਣਾ ਅੱਜ ਟ్రਾਈ ਦੀ ਵੀਡੀਓ ਪੈ ਗਈ ਹੈ ਦੀ ਇੰਸਟਾਗ੍ਰam ਤੇ YouTube ਤੇ ਪਾਵਾਂਗੇ ਜਿੱਦਣ ਸਾਡਾ ਭਰਾ ਅਡੇ ਕੋਲ ਆਊਗਾ ਘੰਟਾ ਦੋ ਘੰਟੇ ਟਰੈਕਟਰ ਚਲਾਊਗਾ ਸਾਡੇ ਕੋਲ ਆਇਆ ਆ ਬਿਲਕੁਲ ਰੈਡੀ ਆ ਮਾਕੋ ਵਾਲ ਦਾ 2013 ਵਾਲ ਸੋਨਾਲਿਕਾ ਲੱਗਾ ਰੈਡੀ ਆ ਸਵੇਰੇ ਇਹਦੀ ਵੀ ਟ్రਾਈ ਆ ਜਾਊਗੀ ਠੀਕ ਆ ਇਹ ਵੀ ਡਾਟਾ ਆਪਾਂ ਮੋਡੀਫਿਕੇਸ਼ਨ ਜਿਹੜੀ ਦੇ ਰਹੇ ਆ ਵੇ ਰਹਿ ਬਿਲਕੁਲ ਫਰੈਸ਼ ਟਰੈਕਟਰ ਆ ਠੀਕ ਆ ਔਰ ਇਹ ਟਰੈਕਟਰ ਹੀਤ ਭਾਈ ਦੇ ਬੁਕਿੰਗ ਕੀਤਾ ਆ ਹੀ ਇਹ ਪਿੰਡ ਹੈਗਾ ਕਗਰਾਣਾ ਮੂਸੇ ਪਿੰਡ ਦੇ ਨਾਲ ਕਗਰਾਣਾ ਪਿੰਡ ਆ ਮਾਨਸਾ ਜ਼ਿਲ੍ਹਾ 2019 ਮਾਡਲ ਇਹ ਡਟ ਤਿਆਰ ਹੋ ਚੁੱਕਾ ਨਾ ਵੀ ਸਵਰਾਜ ਜਿਹੜਾ ਵਾ ਉਹ ਨੂੰ ਥੋੜਾ ਟਾਈਮ ਲੱਗੂਗਾ ਆਜਾ ਕੀਤਾ ਜੀ ਤੇ ਕਿਧਰੋਂ ਦੀ ਲੰਗੀ ਏ ਉੱਤੋਂ ਦੀ ਲੰਗ ਜਾਂਦੇ ਵੇਖ ਹੀ ਰਹੇ ਤੁਸੀਂ ਕੀ ਸਿਸਟਮ ਚੱਲਣ ਡਿਆ ਵਾ ਆਜੋ ਔਰ ਇਹ ਟਰੈਕਟਰ ਹਰ ਸ਼ਾਸ਼ੀਨਾ ਦਾ 2015 ਮਾਡਲ ਬਿਲਕੁਲ ਰੈਡੀ ਹੋ ਚੱਕਾ ਵਾ ਠੀਕ ਆ ਇਹਦੀ ਵੀ ਟ੍ਰਾਈ ਲੈ ਕੇ ਫੇਰ ਵੀਰਾਂ ਨੂੰ ਕਰਦੇ ਆ ਫੋਨ ਔਰ ਇੱਥੇ ਜਿਹੜਾ ਚਾਹਲ ਸਾਹਿਬ ਦਾ ਟਰੈਕਟਰ ਲੱਗਾ ਸੀ ਨਾ 7500 ਸਾਡੇ ਕੋਲ ਤਿੰਨ ਟਰੈਕਟਰ ਹੀ ਇੱਕ ਰੈਡੀ ਕਰ ਦਿੱਤਾ ਰੈਡੀ ਕਰਕੇ ਢਿੱਲੋ ਸਾਹਿਬ ਦੇ ਘਰ ਲੱਗ ਗਿਆ ਜਿੱਥੇ ਟਰੈਕਟਰ ਬਾਕੀ ਵੇਂਦੇ ਤੁਸੀਂ ਸੱਡਾਂ ਥੱਲੇ ਲੱਗ ਜਾਂਦੇ ਆ ਉਹਨੂੰ ਮੋਡੀਫਿਕੇਸ਼ਨ ਦਿੱਤੀ ਇੱਕ ਨੂੰ ਇੱਕ 4/4 ਨੂੰ ਅੱਜ ਮੋਡੀਫਿਕੇਸ਼ਨ ਦੇ ਦਿੱਤੀ ਗਈ ਆ ਔਰ ਇਹ ਟਰੈਕਟਰ ਜੁਪੀ ਦਾ ਵਾ ਪਤਾ ਹੀ ਜਾਂ ਤੁਹਾਨੂੰ ਪੂਰਨਪੁਰ ਪਿੱਲੀ ਪੀਂਦਾ ਠੀਕ ਆ ਜੀ ਇਹ 2021 ਮਾਡਲ ਆ ਠੀਕ ਆ ਇਹਨੂੰ ਮੋਡੀਫਿਕੇਸ਼ਨ ਜਿਹੜੀ ਆ ਉਹ ਕੱਲ ਨੂੰ ਰਾਤ ਦੇ ਨੇ ਕਰਕੇ ਰੈਡੀ ਕਰ ਦਿਆਂਗੇ ਇਹਨੂੰ ਔਰ ਇਹ ਟਰੈਕਟਰ 2023 ਮਾਡਲ ਇਹ ਟਰੈਕਟਰ ਵੀਰਜੀਣੀ ਅਮਰੀਕਾ ਰਹਿੰਦੇ ਉਹਨਾਂ ਦਾ ਟਰੈਕਟਰ ਠੀਕ ਆ ਤੇ ਕਰਾਂਗੇ ਗੱਲ ਕੋਈ ਗੱਲ ਨਹੀਂ ਇਹਨਾਂ ਦੀ ਵੀ ਤੇ ਆਜੋ ਕੱਢਦੇ ਏਵੀ ਟਰੈਕਟਰ ਜਿਹੜਾ ਵਾ ਜੂਪੀ ਪਿੱਲੀ ਪੀਤਪੂਰਨਪੁਰਨ ਦਾ ਵਾ ਇਹਨੂੰ ਆਪਾਂ ਮੋਡੀਫਿਕੇਸ਼ਨ ਦੇ ਦਿੱਤੀ ਹੈ ਕੱਲ ਦੀ ਸਵੇਰੇ ਟਰਾਈ ਲਵਾਂਗੇ ਇਹਦੀ ਕੀ ਕਹਿੰਦਾ ਟਰੈਕਟਰ ਵੀਡੀਓ ਚ ਵੇਖਣ ਨੂੰ ਮਿਲੂਗੀ ਇਹ ਜਿੰਨੇ ਟਰੈਕਟਰ ਵਰਕਸ਼ਾਪ ਦੇ ਅੰਦਰ ਲੱਗੇ ਆ ਨਾ ਰਮੀਤ ਭਾਜੀ ਇਹ ਸਾਰਿਆਂ ਦੀ ਟਰਾਈ ਪਹਿਲਾਂ ਇੱਕਰੀ ਆਪਾਂ ਲਈ ਹੋਈ ਆ ਕੰਪਨੀ ਫਿਟਡ ਦੀ ਵੀ ਕਿਸ ਤਰੀਕੇ ਦੇ ਚੱਲਦੇ ਆ ਆ ਹੁਣ ਆਇਆ ਟਾਈਗਰ ਇਹ ਟਾਈਗਰ ਇਹ ਵੀ ਜੂਪੀ ਦਾ ਹੀ ਆ ਠੀਕ ਹੈ ਹਾਂਜੀ ਅੱਜ ਇੱਕ 90 ਵਾਲਾ ਨਾ ਫੋਨ ਆਇਆ ਇਹ ਮੈਨੂੰ ਟਾਈਗਰ ਨਾ ਪਿਆ ਰਹਿੰਦਾ ਉਹ ਵੀ 4x4 ਅੱਛਾ ਜੀ ਮੁੰਡਾ ਮੈਂ ਕਿਹਾ ਵੀ ਵੇਕਰੀ ਦੁਕਾਨ ਦੇ ਚੱਕਰ ਮਾਰ ਜਿਓ ਹੈ ਟਰੈਕਟਰ ਬੜੇ ਲੱਗੇ ਆ ਕਿ ਬਾਈਕ ਨੂੰ ਟਾਈਮ ਲਾਉ ਮੈਂ ਠੀਕ ਆ ਗਾਪਰੀ ਮੈਪ ਫੋਨ ਬਹੁਤ ਕਰਦੇ ਯਾਰ ਨਹੀਂ ਵਧੀਆ ਗੱਲ ਆ ਆਣ ਕੇ ਮਿਲੋ ਮਿਲ ਲਓ ਆਣ ਕੇ ਕੋਈ ਚੱਕਰ ਨਹੀਂ ਤੁਹਾਡੀ ਵਰਕਸ਼ਾਪ ਆ ਟਾਈਮ ਟੂ ਟਾਈਮ ਦਿੱਤਾ ਜੇ ਖਰਾਬ ਨਹੀਂ ਕਰਾਂਗੇ ਆਪਾਂ ਤੁਹਾਨੂੰ ਇਹ ਨਹੀਂ ਹਗਾ ਕਿ ਫੋਨ ਤੇ ਤੁਹਾਨੂੰ ਜੈਸ ਕਰਕੇ ਟਰੈਕਟਰ ਮਗਾ ਲੀਏ ਹਾਂ ਕਰ ਦਈਏ ਹਨਾ ਤੇ ਮੁੜ ਕੇ ਖਰਾਬ ਕਰੀ ਜਾਈਏ ਇਹ ਵੀ ਜੁਪੀ ਪਿੱਲੀ ਪੀ ਦਾ ਟਰੈਕਟਰ ਆ ਪੂਰਨਪੁਰ ਦਾ ਹੀ ਜਿਹੜੇ ਟਰਾਲੇ ਤੇ ਚੜ ਕੇ ਆਏ ਹੋਪਣ ਹਨਾ ਇਹ ਮੈਸੀ ਮੈਸੀ ਆ 950 ਇਹ 2022 ਮਾਡਲ ਆ ਇਹ ਅਵੀਕੀਮਾ ਟਰੈਕਟਰ ਆ ਅਵੀਕੀਮਾ ਟਰੈਕਟਰ ਉੱਤੇ ਹੀ ਲਿਖਿਆ ਸ਼ਾਇਦ ਆਇਆ 2022 ਇਹ ਬਾਈ ਆ ਇਹ ਵੀ ਬਾਈ ਆ ਠੀਕ ਆ ਤੇ ਇਹ ਵੀ ਬਾਈ ਆ ਸਾਡੇ ਕੋਲ ਸਾਰੇ ਤਕਰੀਬਨ ਉੱਚਾ ਮਾਲ ਟਰੈਕਟਰ ਆ ਵੀ ਮੈਸੀ 9500 ਵਿਦਆਉਟ ਟਰਬੋ ਜਿਹੜਾ ਆਉਂਦਾ ਨਾ 50 ਐਚਪੀ ਕੈਟਾਗਰੀ ਚ ਇਹ ਉਹ ਟਰੈਕਟਰ ਆ ਤੇ ਇਹ ਸੋਨਾਲੀਕਾ ਜਿਹੜਾ ਵਾ ਤੇ ਇਹ ਵੀ ਰੈਡੀ ਆ ਸੋਨਾਲੀਕਾ ਇਹ ਹਰਿਆਣੇ ਦਾ ਟਰੈਕਟਰ ਆ ਇਹ ਹਰਿਆਣੇ ਦਾ ਟਰੈਕਟਰ ਇਹਦੇ ਦਿਵਾਲੀਵੇਂ ਪੂਰੇ ਯੂਰਾਂ ਚ ਇਹ ਹੈਗਾ ਵਾ ਹਰਿਆਣਾ ਪੁੰਡਲੀ ਕੋਲਪਿੰਡ ਆ ਠੀਕ ਆ ਆਜੋ ਜਿਹੜੇ ਖੇਤ ਦਾ ਨਾਮ ਲਈਏ ਉੱਥੇ ਕੈਮਰਾ ਘੁਮਾ ਲਾ ਦਰਨਾ ਠੀਕ ਆ ਕਿਤੇ ਮਾਰਕਰ ਲਿਆ ਕੇ ਆਈ ਪੁੱਤਰ ਵੇ ਹੁਣ ਇਧਰ ਦੇਖੋ ਸਾਰੇ ਜੌਂਡੀਅਰ ਲੱਗੇ ਹੋਏ ਆ ਬਿਲਕੁਲ ਫਰੈਸ਼ ਟਰੈਕਟਰ ਇਹਨਾਂ ਦੇ ਵਿੱਚ ਦੋ ਟਰੈਕਟਰ ਤਾਂ ਬਿਲਕੁਲ ਨਵੇਂ ਆ ਇੱਕ ਇਹ 5310 ਇਹ ਭਾਈ ਤੁਸੀਂ ਬੋ ਕੀਤਾ ਜਿਹੜਾ ਟਰੈਕਟਰ ਇਹ ਉਹ ਆ 53 ਦਾ ਉਹ ਟਰੈਕਟਰ ਜਿਹੜਾ ਤੁਸੀਂ ਬੁੱਕ ਕੀਤਾ ਵਾ ਔਰ ਇਹ ਟਰੈਕਟਰ ਮੇਰੇ ਸੱਜਣ ਦਾ ਵਾ ਸੱਜਣ ਮੇਰੇ ਸਾਰੇ ਹੀ ਆ ਪਰ ਇਹ ਮਹਾਰਾਜ ਪਿੰਡ ਦਾ ਜਿਨ੍ਹਾਂ ਦਾ ਪਹਿਲਾਂ ਮੈਂ 5624/4 ਅ ਜਾਨੀ ਕਿ ਕਰਕੇ ਭੇਜਿਆ ਸੀ 5624/4 ਮਹਾਰਾਜ ਪਿੰਡ ਉਹਨਾਂ ਦਾ ਹਾਂ ਇਹ ਵੀ ਜਿਹੜੀ ਉਹ ਜਿਨ੍ਹਾਂ ਦਾ ਕੰਪਨੀ ਵੱਲੋਂ ਇੰਨਾ ਟਰੈਕਟਰਾਂ ਨੂੰ ਫੁੱਲ ਜਿਹੜੀ ਪਾਵਰ ਆ ਵੀ ਮੋਡੀਫਿਕੇਸ਼ਨ ਕਰਾਓ ਸਾਡੀ ਫੁੱਲ ਗਰੰਟੀ ਆ ਇਹ ਨਹੀਂ ਕਿਹਾ ਗਿਆ ਪੀ ਤੁਸੀਂ ਟਰੈਕਟਰ ਮੋਡੀਫਾਈ ਕਰਾ ਲੇ ਤੁਹਾਡੀ ਜਿਹੜੀ ਮਲ ਗਾਰੰਟੀ ਖਤਮ ਹੋ ਜੂਗੀ ਇਹ ਸਿਸਟਮ ਨਹੀਂ ਆ ਇਹ ਟਰੈਕਟਰ ਵਾਲੇ ਵੀਰ ਨੇ ਜਿਹੜਾ ਤੁਸੀਂ ਬੁੱਕ ਕੀਤਾ ਨਾ ਇਹ ਟਰੈਕਟਰ ਐਡਰੈਸ ਵੀ ਦਿੱਤਾ ਆ ਆਪਾਂ ਪਿਛਲੀ ਵੀਡੀਓ ਚ ਵੀ ਜਿੱਦਣ ਲਿਆਂਦੇ ਆ ਉਦੋਂ ਵੀ ਦਿੱਤਾ ਆ ਉਹ ਵੀ ਵੀਡੀਓ ਅਪਲੋਡ ਕਰਾਂਗੇ ਤੇ ਇਹ ਜਿੰਨਾ ਦੀ ਏਜੰਸੀ ਆ ਇਹਨਾਂ ਦੇ ਮਿੱਤਰਾਂ ਨਾਲ ਕਿਹਾ ਵੀ ਤੁਸੀਂ ਮੋਡੀਫਾਈ ਕਰਾਓ ਟਰੈਕਟਰ ਸਾਡੀ ਫੁੱਲ ਗਾਰੰਟੀ ਆ ਟਰੈਕਟਰ ਦੀ ਇਹ ਵੀ 2000 ਤੇ 22 ਮਲ ਟਰੈਕਟਰ ਵਾ ਥੋੜਾ ਹੀ ਚੱਲਿਆ 2.500 ਘੰਟਾ ਮੇਰੇ ਸਾਹਮਣੇ ਚੱਲਿਆ ਠੀਕ ਆ ਹਾਂਜੀ ਹਾਂਜੀ ਇਹ ਭਾਜੀ ਇਹ ਟਰੈਕਟਰ ਆਪਣੇ ਇਲਾਕੇ ਦਾ ਆਪਣੇ ਭਰਾ ਦਾ ਟਰੈਕਟਰ ਆ ਬੜਾ ਚਿਰ ਪਹਿਲਾਂ ਟਰੈਕਟਰ ਦਾ ਮੋਡੀਫਿਕੇਸ਼ਨ ਦਿੱਤੀ ਸੀ 5310 2010 ਹਜ਼ਾਰਾ ਮਾਡਲ ਨੂੰ ਆਪਾਂ ਉਹਨਾਂ ਨੇ ਟਰੈਕਟਰ ਲਿਆ ਤੇ ਉਹ ਕਹਿੰਦੇ ਵੀ ਜੋ ਮਿਲਤੇ ਜਾਂਦੇ ਹਨ ਮਜ਼ਾ ਨਹੀਂ ਆਉਂਦਾ ਪੁਰਾਣੇ ਦੇ ਗੱਲਾਂ ਟੋਇਆ ਉਹਨਾਂ ਨੇ ਇੱਥੇ ਨਹੀਂ ਟੋਇਆ ਸ਼ੌਂਕ ਨੂੰ ਲਿਆ ਉਹਨਾਂ ਨੇ ਇਦਾਂ ਆਪਾਂ ਵੇਖ ਸਕਦੇ ਹਾਂ ਵੀ ਬਿਲਕੁਲ ਥੋੜਾ 133 ਘੰਟੇ ਸੱਚ ਚੱਲਿਆ ਹੈ ਇਹ ਪਿੰਡ ਟਪਈ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਕਾਦੀਆਂ ਏਰੀਆ ਜਨਿਤ ਭਈ ਪਿੰਡ ਦਾ ਟਰੈਕਟਰ ਸਾਡੇ ਮਿੰਟੂ ਵੀਰ ਦਾ ਵਾ ਠੀਕ ਆ ਸਾਡੇ ਸਰਪੰਚ ਸਾਹਿਬ ਨਾਲ ਜਿਹੜੇ ਤੇ ਦੋਵੇਂ ਭਰਾ ਇਕੱਠੇ ਰਹਿੰਦੇ ਆ ਠੀਕ ਆ ਸਕੰਦਰ ਸਿੰਘ ਸਰਪੰਚ ਤੇ ਕਰਮ ਸਿੰਘ ਕਰਮਜੀਤ ਸਿੰਘ ਮਿੰਟੂ ਦੋਵੇਂ ਭਰਾ ਦਾ ਬੜਾ ਪਿਆਰ ਸਾਡੇ ਨਾਲ ਤੇ ਉਹਨਾਂ ਦਾ ਟਰੈਕਟਰ ਵਾ ਬੜੇ ਦਿਨੋ ਕੇ ਕਹਿੰਦੇ ਆ ਵੀ ਜਗਾਜੀ ਕਰੋ ਇਹਨੂੰ ਮੈਂ ਹੈ ਆਪਣਾ ਟਰੈਕਟਰ ਘਰ ਦਾ ਬਾਅਦ ਚ ਕਰਾਂਗੀ ਪਰ ਅੱਜ ਫਿਰ ਜਿੱਦਾਂ ਦਾ ਨਵਾਂ ਘੜਾਇਆ ਉਹਨਾਂ ਦਾ ਹੀ ਕਹੀ ਜਾਂਦੇ ਥੋੜੇ ਦਿਨ ਉਹ ਚਲਾਇ ਸੁਪਰ ਸਿੱਡਰ ਕਿਦੋਂ ਦਾ ਬੀਜਿਆ ਉਦੋਂ ਦਾ ਕਹਿ ਰਹੇ ਸੁਪਰ ਸਿੱਡਰ ਵੇਲੇ ਦਾ ਵੀ ਜੱਗੇ ਜੀ ਇਹਨੂੰ ਟਰੈਕਟਰ ਨੂੰ ਓਕੇ ਕਰੀਏ ਨਹੀਂ ਚੱਲਦਾ ਆਪਣਾ ਲੋਕਾਂ ਦੇ ਚੱਲ ਰਹੇ ਆ ਮੈਨੇ ਆਪਣਾ ਵੀ ਚੱਲੂਗਾ ਤੇ ਆ ਵੀ ਉਮੀਦ ਭਾਈ ਤੁਸੀਂ ਬੁੱਕ ਕੀਤਾ ਟਰੈਕਟਰ ਠੀਕ ਆ ਆਹੜਾ ਆਹ ਟਰੈਕਟਰ ਤੁਸੀਂ ਬੁੱਕ ਕੀਤਾ ਇਹ ਵੀ ਬਤਾਲੇ ਪਿੰਡ ਦਾ ਢਿਲਵਾ ਤਹਿਸੀਲ ਆ ਕਪੂਰਥਲਾ ਜ਼ਿਲ੍ਹਾ 2021 ਮਾਡਲ ਹਮ ਔਰ 5630 ਜਿਹੜਾ ਟਰੈਕਟਰ ਆ ਉਹ ਉਹ ਕੀਤਾ ਜਮੇਰ ਭਾਈ ਨੇ ਬੁੱਕ ਆ ਵੀ ਜਮੇਰ ਭਾਈ ਨੇ ਬੁੱਕ ਕੀਤਾ ਟਰੈਕਟਰ ਦਾ 5505 ਜਿਹੜਾ ਆਖ ਇਹ ਅਠੌਲਾ ਨਾਗਰਾ ਸਾਹਿਬ ਦਾ ਸਾਡੇ ਭਰਾ ਦਾ ਅੱਗੇ ਵੀ ਜ਼ਿਕਰ ਕੀਤਾ ਸੀ ਆਪਾਂ ਜਿੰਨਾਂ ਦਾ ਏਸੀ ਕੈਮਨ ਅਰਜਨ ਨੋਵੋ 605 4/4 ਦੀ ਵੀਡੀਓ ਵੇਖਣ ਨੂੰ ਮਿਲੀ ਹੈ ਨਾ ਜਲੰਧਰ ਏਰੀਆ ਏਰੀਆ ਨਹੀਂ ਜਲੰਧਰ ਦਾ ਹੀ ਟਰੈਕਟਰ ਹੀ ਇਹ ਵੀ ਅਠੌਲਾ ਪਿੰਡ ਜਿਹੜਾ ਵਾ ਜਲੰਧਰ ਲੱਗੇ ਆ ਤੇ 2021 ਮਾਡਲ ਆ 3630 ਇਹਨਾਂ ਦਾ ਕਰਕੇ ਭੇਜਤਾ ਵੀਰ ਜੀ ਹੁਣੀ ਕਹਿੰਦੇ ਬਹੁਤ ਵਧੀਆ ਚੱਲਣ ਡਿਆ 3630 60 55 ਤੇ ਤਿੰਨੇ ਟਾ ਟਰਾਲੀ ਤੇ ਲੱਦ ਕੇ ਆਏ ਸੀ ਲਿਕਵਰੀ ਇਕੱਠੇ ਆਏ ਠੀਕ ਆ ਔਰ ਆ ਟਰੈਕਟਰ ਜਿਹੜਾ ਹੈਗਾ ਵਾ ਇਹ ਤੇ ਆਪਾਂ ਉੱਤੇ ਚੜ ਕੇ ਵੇਖਾਂਗੇ 100 ਥੜੀ ਉੱਪਰ ਹਸਦੀ ਹੈ ਦੀ ਅੱਜ ਕਿਉਂਕਿ ਚੜੀਟ ਚੜਾਣਾ ਪਵੇ ਇੱਥੇ ਜਿੱਥੇ ਆਹ ਵੀ ਇਹ ਰੰਗ ਨਹੀਂ ਉਦਾਂ ਦਾ ਆ ਇਹਨੂੰ ਟੇਪ ਲਾਈ ਆ ਇਹ 2022 ਮਾਡਲ ਆ ਸਰਾਵਾ ਬੋਤਲਾ ਮਲੋਟ ਏਰੀਆ ਦਾ ਟਰੈਕਟਰ 224 ਘੰਟੇ ਚੱਲਿਆ ਸਾਰਾ ਤੇ ਵੀ ਨੇ ਸਾਰੇ ਟਰੈਕਟਰ ਨੂੰ ਓਲੀ ਓਲੀ ਠੀਕ ਆ ਜੀ ਏ ਟਰੈਕਟਰ ਤੁਹਾਡੀ ਆਪਣੀ ਵਰਕਸ਼ਾਪ ਤੇ ਜਿਹੜੇ ਵਰਕ ਹੋ ਰਹੇ ਆ ਔਰ ਜਿਹੜੇ ਟਰੈਕਟਰ ਹਜੇ ਆਪਣੇ ਕੋ ਹਰਮੀਤ ਭਾਈ ਦੇ ਘਰ ਲੱਗੇ ਆ ਮੰਨੇ ਢਿੱਲੋ ਭਾਈ ਦੇ ਘਰ ਲੱਗੇ ਆ ਜਮੇਰ ਭਾਈ ਨੇ ਮੇਜਰ ਚਾਚੇ ਦੇ ਸਾਡੇ ਨਰਮਲ ਸਿੰਘ ਚਾਚਾ ਜੀ ਦੇ ਮੁਖਤਿਆਰ ਸਿੰਘ ਫੌਜੀ ਦੇ ਘਰ ਲੱਗੇ ਆ ਠੀਕ ਆ ਇੰਦੀਆਂ ਜਗ੍ਹਾ ਦੇ ਟਰੈਕਟਰ ਲੱਗੇ ਹੋਏ ਆ ਔਰ ਮੇਰੇ ਆਪਣੇ ਘਰ ਲੱਗੇ ਹੋਏ ਆ ਅਰਜਨ ਤੇ ਨਿਊ ਵਾਲਟਰ ਲੱਗੇ ਹੀ ਸਾਰੇ ਅਜਮੇਰ ਭਾਈ ਦੇ ਘਰ ਜੌਂਡੀਅਰ 4x4 ਸਾਰੇ ਟਰੈਕਟਰ ਜਿਹੜੇ ਲੱਗੇ ਢਿੱਲੋ ਸਾਹਿਬ ਦੇ ਘਰ ਠੀਕ ਹੈ ਜੀ ਜਿਹੜੇ ਕਿਸਾਨ ਭਰਾ ਵੀਡੀਓ ਵੇਖ ਰਹੇ ਉਹਨਾਂ ਨੂੰ ਆਪਣੇ ਟਰੈਕਟਰ ਨਜ਼ਰ ਨਹੀਂ ਆ ਰਹੇ ਉਹ ਟਰੈਕਟਰ ਜੇ ਘਰਾਂ 'ਚ ਲੱਗੇ ਹੋਏ ਆ ਕੁਝ ਤਿਆਰ ਹੋ ਗਿਆ ਕੁਝ ਤਿਆਰ ਕਰਨ ਵਾਲੇ ਜਿਹੜੇ ਤੇ ਅੰਦਰ ਟਰੈਕਟਰ ਜਿੰਨੇ ਨਿਊ ਲੈਣ ਉਹ ਸਾਰੇ ਆਈਟਮ ਤਿਆਰ ਆ ਸਿਰਫ ਆਪਣੇ 60 55 2 ਟਰੈਕਟਰ ਤਿਆਰ ਹੋਣ ਵਾਲੇ ਆ ਜਿਹੜੇ ਇੱਥੇ ਲੱਗੇ ਹੋਏ ਸੀ ਤਿਆਰ ਹੋਣ ਵਾਲੇ ਨਹੀਂ ਵੀ ਇੱਕ ਇੱਕ ਦਿਨ ਦਾ ਕੰਮ ਉਹਨਾਂ ਦਾ ਬਾਕੀ ਸਾਰਾ ਰੈਡੀ ਹੋ ਗਿਆ ਠੀਕ ਆ ਤੇ ਬਾਕੀ ਵਿਖਾਲਦੇ ਤੁਹਾਨੂੰ ਹੁਣ ਥੋੜਾ ਸਪੇਅਰ ਪਾਰਟ ਵੀ ਕਿਸ ਤਰੀਕੇ ਦਾ ਆ ਆਜੋ ਕਿ ਕੱਲੀ ਮੋਡੀਫਿਕੇਸ਼ਨ ਦਾ ਹੀ ਸਮਾਨ ਆਪਣੇ ਕੋਲ ਅਵੇਲੇਬਲ ਹੈ ਇਸ ਟਾਈਮ ਹੋਰ ਵਰਕ ਕੋਈ ਨਹੀਂ ਹੋ ਰਿਹਾ ਨਾ ਆਪਾਂ ਕਰ ਹੀ ਰਹੇ ਆ ਜੀ ਕਿਉਂਕਿ ਕੱਲੀ ਮੋਡੀਫਿਕੇਸ਼ਨ ਹੀ ਕਰ ਰਹੇ ਆ ਅੱਜ ਦੀ ਡੇਟ 'ਚ ਠੀਕ ਆ ਤੇ ਮੁਖਾਲਦੇ ਆ ਤੁਹਾਨੂੰ ਮਾਹੌਲ ਕੀ ਆ ਲਾਈਵ ਵੀਡੀਓ ਚੱਲਦੀ ਆਪਣੀ ਦੇ ਸਿੱਧੀ ਇਹ ਨਹੀਂ ਹੈਗਾ ਕੱਟ-ਕੱਟ ਕੇ ਮਿਊਜ਼ਿਕ ਲਾ ਲਾ ਕੇ ਥੰਮ ਮੇ ਲਾ ਲਾ ਕੇ ਉਹ ਨਾ ਤੇ ਸਾਨੂੰ ਕੰਮ ਆਉਂਦਾ ਤੇ ਨਾ ਆਪਾਂ ਕਰਨਾ ਠੀਕ ਆਪਾਂ ਦੇ ਸਿੱਧੇ ਸਾਦੇ ਬੰਦੇ ਆ ਜਾ ਆ ਜਾ ਮੈਂ ਆ ਦੇ ਹੈਪੀ ਦੋਵੇਂ ਪਤਲੇ ਆ ਨਹੀਂ ਤਾਂ ਹਰਮਿਤ ਭਾਈ ਨੂੰ ਨਾਲ ਜ਼ਰੂਰ ਲਿਉਣਾ ਇੱਥੇ ਆਪਾਂ ਹਨਾ ਦੇਖੋ ਮੋਗਾ ਵਿਆਰੋ ਕੇ ਪਿੰਡ ਦਾ ਟਰੈਕਟਰ ਹੈ ਇਹਦੀ ਮੋਡੀਫਿਕੇਸ਼ਨ ਪਹਿਲਾਂ ਵੀ ਹੋਈ ਆਪਾਂ ਨੂੰ ਦੁਬਾਰੇ ਕਰਨੀ ਪਈ ਪਾਉਂਦਾ ਹੱਕ ਪੂਰੀ ਅੱਜ ਅਜੇ ਫੁੱਲ ਮੋਡੀਫਿਕੇਸ਼ਨ ਨਹੀਂ ਕੀਤੀ ਫੁੱਲ ਮੋਡੀਫਿਕੇਸ਼ਨ ਕਰਨ ਨੂੰ ਤਿਆਰ ਹੋਣਾ ਸਾਰਾ ਟਰੈਕਟਰ ਆ ਜੀ ਸਿਰਫ ਆਪਾਂ ਸਿੰਪਲ ਟਰਾਈ ਲਈ ਜੀ ਆਪਣਾ ਕਰਕੇ ਲੱਲੇ ਪਾ ਭੇਜੇ ਆ ਜਾਓ ਔਰ ਸਭ ਤੋਂ ਵੱਡੀ ਗੱਲ ਵੇਖੋ ਤੁਹਾਡੀ ਵਰਕਸ਼ਾਪ ਤੇ ਸਪੇਅਰ ਪਾਰਟ ਵਾਲੇ ਅੰਦਰ ਇਹ ਨਹੀਂ ਲਿਖਿਆ ਹੈਗਾ ਵੀ ਅੰਦਰ ਜਾਣਾ ਸਖਤ ਮਨਾ ਹੈ ਬਿਲਕੁਲ ਨਹੀਂ ਲਿਖਿਆ ਤੇ ਨਾਲ ਲਿਖਾਂਗੇ ਠੀਕ ਹੈ ਉਂਗਲਾ ਤਾ ਰੱਖੋ ਤੇ ਹੀਦਰੋ ਫੜੋ ਬਿਲਕੁਲ ਕੋਈ ਚੀਜ਼ ਨਹੀਂ ਲਿਖਿਆ ਪੀਬੇ ਨਾਲ ਅੱਗੇ ਆ ਜਾਣਾ ਅੰਦਰ ਮਨਾਵਾ ਫਲਾਨ ਟੀ ਜਿੱਦਾਂ ਲਿਖਿਆ ਹੁੰਦਾ ਹੈ ਨਾ ਅੰਦਰ ਆਓ ਤੁਹਾਡੀ ਆਪਣੀ ਵਰਕਸ਼ਾਪ ਆ ਅਬ ਖਾਲ ਦਾਂ ਤੁਹਾਨੂੰ ਮੈਂ ਖਾਲ ਦਾਂ ਠੀਕ ਆ ਆਹ ਵੇਖ ਸਕਦੇ ਆਪਾਂ ਸਮਾਨ ਇਹ ਸਿਰਫ ਮੋਡੀਫਿਕੇਸ਼ਨ ਦਾ ਸਮਾਨ ਹੈ ਜਿੰਨਾ ਵੀ ਲੱਗਾ ਆ ਆਪਾਂ ਵੇਖ ਸਕਦੇ ਆ 100 ਟਰੈਕਟਰ ਨਿਊ ਹਾਲੈਂਡ ਇਹੇ ਰਿਮੋਡੀਫਾਈ ਕਰਾਂਗੇ ਆਪਾਂ ਮਤਲਬ ਇੰਨਾ ਸਮਾਨ ਆਪਣੇ ਕੋਲ ਅਵੇਲੇਬਲ ਹੈਗਾ ਵਾ ਠੀਕ ਆ ਔਰ 15 ਤੋਂ 16 ਟਰੈਕਟਰ ਨੂੰ ਟਰਬੋ ਨਿਊ ਹਾਲ ਨੂੰ ਲਾ ਸਕਦੇ ਮੌਕੇ ਤੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਫਾਰਮ ਟਰੈਕ 60 55 ਦਾ ਕਿੰਨਾ ਦਾ ਸਮਾਨ ਪਿਆ ਕੋਲ ਹਰ ਖਾਨੇ ਦੇ ਵਿੱਚ ਜਿਹੜਾ ਸਮਾਨ ਆ ਉਹ ਇੱਕੋ ਟਰੈਕਟਰ ਦਾ ਲੱਗਾ ਜੋਂਡੀਅਰ ਠੀਕ ਆ ਜੀ ਇਹਮੇਂਦਰਾ ਆਪਾਂ ਵੇਖ ਸਕਦੇ ਵੀ ਕਿੰਨੇ 50 ਅਰਜਨ ਟਰੈਕਟਰ ਨੂੰ ਟਰਬੋ ਲਾਵਾਂਗੇ ਆਪਾਂ ਇਕੱਠਿਆਂ ਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇੰਨਾ ਸਟਾਕ ਆਪਣੇ ਕੋਲ ਪਿਆ ਹੋਇਆ 50 ਆ ਅਰਜਣਾ ਨੂੰ ਨੂਵੋ ਨੂੰ ਆਪਾਂ ਲਾ ਸਕਦੇ ਹਾਂ ਠੀਕ ਆ ਔਰ ਸੋਨਾਲੀ ਕਾ ਨੂੰ ਲਾ ਸਕਦੇ ਸੋਨਾਲੀ ਕਾ ਦਾ ਸਮਾਨ ਅਜੇ ਖੋਲਿਆ ਨਹੀਂ ਹੈਗਾ ਕਾਊਂਟਰ ਤੇ ਥੋੜਾ ਪਿਆ ਆ ਕਿਉਂਕਿ ਜਿਆਦਾ ਖਲਾਰਾ ਤੁਹਾਨੂੰ ਪਤਾ ਹੀ ਆ ਫਿਰ ਸਾਰਾ ਸਮਾਨ ਘਰ ਪਿਆ ਆ ਆਪਣੇ ਕੋਲ ਆਪਾਂ ਵੇਖ ਸਕਦੇ ਆਂ ਆਖੋ ਅਰਜਣਾ ਦੇ ਬੈਂਡ ਠੀਕ ਆ ਜਾ ਟਰੈਕਟਰ ਇੱਕੇਰੀ ਮੋਡੀਫਾਈ ਕਰ ਸਕਦੀਆਂ ਕੋਈ ਟੈਂਸ਼ਨ ਵਾਲੀ ਕਰਨੀ ਆ ਔਰ ਜੌਂਡੀਅਰ ਜੌਂਡੀਅਰ ਦੀ 100 ਟਰੈਕਟਰ ਪਰ ਮੋਡੀਫਾਈ ਕਰਾ ਲਓ ਆਪਣੇ ਕੋ ਇੱਕੇਰੀ ਉਹਦੀ ਵੀ ਕੋਈ ਦਿੱਕਤ ਨਹੀਂ ਆਗੀ ਇਹ ਬਿਲਕੁਲ ਸਮਾਨ ਜਿਹੜਾ ਦਿਖਣ ਦੇ ਆ ਨਾ ਇਹ ਨੋਵਾ ਦਾ ਮਾਰਜਨ ਨੋਵਾ ਨੂੰ ਫਿਟਿੰਗ ਵਾਸਤੇ ਉੱਪਰ ਵੀ ਵੇਖ ਸਕਦੇ ਆਪਾਂ ਠੀਕ ਆ ਇਹ ਮੇਂਦਰਾ ਦਾ ਸਮਾਨ ਆ ਬਿਲਕੁਲ ਸਮਾਨ ਅਵੇਲੇਬਲ ਤੇ ਓਰੀਜਨਲ ਹੋਊਗਾ ਅੰਦਰ ਵੀ ਆਪ ਵੀ ਦੇਖ ਸਕਦੇ ਹਾਂ ਸੀਐਨਐਚ ਦਾ ਹੀ ਮਾਲ ਪਿਆ ਵਾ ਕੋਈ ਮੁਸ਼ਕਲ ਨਹੀਂ ਹੈ ਜੀ ਬਿਲਕੁਲ ਕੋਈ ਦਿੱਕਤ ਨਹੀਂ ਕੋ ਟਰੈਕਟਰ ਨੂੰ ਝੜੀਟ ਨਹੀਂ ਆਊਗੀ ਔਰ ਦੂਜੀ ਗੱਲ ਇਹ ਆ ਵੀ ਟਰੈਕਟਰ ਖੋਲਦੇ ਸਮੇਂ ਕਿਸੇ ਵੀ ਟਰੈਕਟਰ ਨੂੰ ਕੋਈ ਛੜੀੜ ਤੱਕ ਨਹੀਂ ਆਉਣ ਦਿੱਤੀ ਜਾਂਦੀ ਕੋਈ ਸਕ੍ਰੈਚ ਨਹੀਂ ਪੈਣ ਦਿੱਤਾ ਜਾਂਦਾ ਕਿਉਂਕਿ ਬਿਲਕੁਲ ਫਰੈਸ਼ ਨਵੇਂ ਟਰੈਕਟਰ ਹੈ। ਬਾਕੀ ਵੇਖ ਸਕਦੇ ਆਂ ਅੰਦਰ ਕੋਈ ਘੱਟਾ ਮਿੱਟੀ ਕਿਸੇ ਵੀ ਚੀਜ਼ ਦਾ ਕੋਈ ਖਤਰਾ ਨਹੀਂ ਕਿਉਂਕਿ ਆਪਾਂ ਬਿਲਕੁਲ ਰੋਸ਼ਨ ਦਾੰਦ ਤੱਕ ਬੰਦ ਕੀਤੇ ਹੋਏ ਆ। ਤੇ ਹਨਨ ਵੀ ਖੁਦ ਵਧੀਆ ਲੱਗਦਾ ਕਿਉਂਕਿ ਇੰਨੇ ਮਹਿੰਗੇ ਮਹਿੰਗੇ ਟਰੈਕਟਰ ਹੋਣ ਠੀਕ ਆ ਜੀ। ਉਹ ਟਰੈਕਟਰ ਦੇ ਉੱਤੇ ਘੱਟਾ ਮਿੱਟੀ ਪਵੇ ਖੁੱਲਣ ਤੋਂ ਬਾਅਦ ਆਪਾਂ ਦੇਖ ਸਕਦੇ ਕੋਈ ਵੀ ਰੋਸ਼ਨਦਾਨ ਖੁੱਲ ਨਹੀਂ ਗਰਮੀਆਂ ਦਾ ਸਜਕਾਰ ਪੂਰਾ ਵਾ ਏਸੀ ਲੱਗੇ ਹੋਏ ਦੋ ਠੀਕ ਆ ਇੱਧਰ ਵੀ ਲੱਗੇ ਇੱਕ ਹੋਰ ਲਵਾ ਦੇਣਾ ਅਰਕਾ ਠੀਕ ਆ ਕੀ ਆਲੇ